सत श्री अकाल दोस्तों, तुहाडा सारयां दे इक बार फिर तो आई न्यूज़ पंजाब दीआं खबरां विच स्वागत है। तुसी इत्थे हर खबर एक एक करके विस्तार विच जानोगे, पर उस तो पहला तुहानू सब नू एक बेनती है कि इस वीडियो नू लाइक करो अते पूरा जरूर देखो। आओ जानिए अज दी पहली वड्डी खबर। पंजाब नू पूरी तरह खोलन दे कवायद तेज, कैप्टन सरकार वालों नवे दिशा निर्देश जारी, लॉकडाउन होवेगा खत्म। जी हाँ, दस दईए कि लॉकडाउन 5 जां अनलॉक 1 तहत पंजाब सरकार ने लॉकडाउन नू पूरी तरह खोलन वल तेजी नाल अगे वधना शुरू कर दिता है। सरकार ने रेस्टोरेंट संबंधी दिशा निर्देश जारी किए हैं। जी हाँ, एक बार फिर लोग सूबे विच रेस्टोरेंटा विच खाण दा आनंद ले सकणगे। पंजाब विच रेस्टोरेंट रात 8 बजे तक खुल सकदे हन। हालांकि कोरोना दी रोकथाम लई चल रहे उपावां दी पालना करनी पएगी। उधर होटल जां रेस्टोरेंट विच सिर्फ 50% लोग ही होने चाहीदे हन। लोग हुण होटल ते रेस्टोरेंट भी बुक कर सकदे हन। नवजोत सिद्धू दे घर दे बाहर कानूनी नोटिस लगा के परती बिहार पुलिस। एह सी मामला। जी हां, दस दईए कि साबका कैबिनेट मंत्री नवजोत सिंह सिद्धू दीआं मुश्किलां वधदीआं जा रहीआं हन। अज पहली बार सिद्धू दे घर दे बाहर बिहार पुलिस वल्लों कानूनी नोटिस लगाया गया है। इस संबंधी जानकारी दिंदिआं पुलिस अधिकारी जावेद ने दस्सिआ कि इस मामले विच कई बार उन्हां नाल गल्लबात करन दी कोशिश कीती गई, पर कोई जवाब नहीं मिलिआ, जिस दे चलदिआं इह नोटिस लगाया गया है। सिद्धू मूसेवाला दी बेनती ते दो जांच अधिकारी हटाए। जी हां, पंजाब पुलिस ने मंगलवार नूं गायक सिद्धू मूसेवाला तों पुछगिछ करदिआं विशेष जांच टीम दा हिस्सा बने अपने दो जांच अधिकारियां नूं हटा दित्ता है। सिद्धू मूसेवाला वल्लों पटियाला दे आईजी जतिंदर सिंह औलख नूं दित्ती अर्जी तों बाद दोवें अधिकारियां नूं हटाया गया सी। इह कदम पुलिस विभाग वल्लों सिंगर लई वरती जा रही नरमी दे दोषां दे विचकार आया है। जांच अधिकारी रुपिंदर भारद्वाज, जो SP बरनाला सी, ਨੂੰ ਬਦਲ ਦਿੱਤਾ ਗਿਆ ਹੈ ਤੇ ਉਹਨਾਂ ਦੀ ਥਾਂ SP ਸੁਖਦੇਵ ਸਿੰਘ ਵਿਰਕ, ਜੋ SP ਬਰਨਾਲਾ ਹਨ, ਨੂੰ ਚੁਣਿਆ ਗਿਆ ਹੈ। ਪੁਲਿਸ ਨੇ ਮੂਸੇਵਾਲਾ ਨੂੰ ਫੜਨ ਲਈ ਕਈ ਥਾਵਾਂ ਤੇ ਛਾਪੇਮਾਰੀ ਕਰਨ ਦਾ ਦਾਵਾ ਕੀਤਾ ਸੀ। ਹਾਲਾਂਕਿ 6 ਜੂਨ ਨੂੰ ਗਾਇਕ ਸਿੱਧੂ ਮੂਸੇਵਾਲਾ ਨੂੰ ਪਟਿਆਲਾ ਪੁਲਿਸ ਨੇ ਘੇਰਿਆ ਤੇ ਬਾਅਦ ਵਿੱਚ ਮਾਮੂਲੀ ਟ੍ਰੈਫਿਕ ਚਲਾਨ ਤੋਂ ਬਾਅਦ ਛੱਡਣ ਦੀ ਇਜਾਜ਼ਤ ਦੇ ਦਿੱਤੀ ਸੀ। ਭਾਰਤ ਚੀਨ ਸ਼ਾਂਤੀ ਸਥਾਪਿਤ ਕਰਨ ਲਈ ਸਹਿਮਤ, ਪੂਰਬੀ ਲੱਦਾਖ ਸਮੇਤ ਵਿਵਾਦ ਖੇਤਰਾਂ ਤੋਂ ਪਿੱਛੇ ਹਟਣਗੀਆਂ ਫੌਜਾਂ। ਜੀ ਹਾਂ, ਦੱਸ ਦਈਏ ਕਿ ਪੂਰਬੀ ਲੱਦਾਖ ਦੀ ਗਲਵਾਨ ਘਾਟੀ ਵਿੱਚ ਚੀਨ ਅਤੇ ਭਾਰਤੀ ਸੈਨਿਕਾਂ ਵਿਚਾਲੇ ਹੋਈ ਹਿੰਸਕ ਝੜਪ ਨੂੰ 1 ਹਫ਼ਤਾ ਹੋ ਗਿਆ ਹੈ। ਇਸ ਹਿੰਸਕ ਝੜਪ ਤੋਂ ਬਾਅਦ ਦੋਵਾਂ ਦੇਸ਼ਾਂ ਵਿਚਾਲੇ ਤਣਾਅ ਦਾ ਮਾਹੌਲ ਸੀ। ਕੱਲ੍ਹ ਚੀਨ ਦੀ ਸਰਹੱਦ ਤੇ ਮੋਲਡੋ ਵਿੱਚ ਦੋਵਾਂ ਦੇਸ਼ਾਂ ਵਿਚਾਲੇ ਲੈਫਟੀਨੈਂਟ ਜਨਰਲ ਪੱਧਰ ਦੀ ਗੱਲਬਾਤ ਹੋਈ। ਸੈਨਾ ਦੇ ਅਨੁਸਾਰ ਗੱਲਬਾਤ 1 ਚੰਗੇ ਮਾਹੌਲ ਵਿੱਚ ਹੋਈ। ਹੁਣ ਪੂਰਬੀ ਲੱਦਾਖ ਵਿੱਚ ਟਕਰਾਅ ਵਾਲੀ ਜਗ੍ਹਾ ਤੋਂ ਦੋਵਾਂ ਦੇਸ਼ਾਂ ਦੀਆਂ ਫੌਜਾਂ ਦੇ ਪਿੱਛੇ ਹਟਣ ਲਈ ਸਹਿਮਤੀ ਬਣੀ ਹੈ। ਇਸ ਦੌਰਾਨ ਮੰਗਲਵਾਰ ਨੂੰ ਸੈਨਾ ਮੁਖੀ ਜਨਰਲ ਮਨੋਜ ਮੁਕੰਦ ਨਿਰਵਾਣੇ ਲੇਹ ਦਾ ਦੌਰਾ ਕਰਨ ਲਈ ਦਿੱਲੀ ਤੋਂ ਰਵਾਨਾ ਹੋ ਚੁੱਕੇ ਹਨ। ਸੈਨਾ ਦੀ 14ਵੀਂ ਕੋਰ ਅਫਸਰਾਂ ਨਾਲ ਮੀਟਿੰਗ ਬਾਰੇ ਵਿਚਾਰ ਵਟਾਂਦਰੇ ਕਰਨਗੇ। ਸਰਕਾਰੀ ਮੁਲਾਜ਼ਮਾਂ ਦੀ ਤਨਖਾਹ ਨਾਲ ਜੁੜਿਆ ਪੰਜਾਬ ਸਰਕਾਰ ਦਾ ਇਹ ਫੈਸਲਾ। ਜੀ ਹਾਂ, ਦੱਸ ਦਈਏ ਕਿ ਲੌਕਡਾਊਨ ਨੇ ਸਰਕਾਰਾਂ ਦੇ ਬਜਟ ਨੂੰ ਪੂਰੀ ਤਰ੍ਹਾਂ ਹਿਲਾ ਦਿੱਤਾ ਹੈ। ਬਜਟ ਦੌਰਾਨ ਜਨਤਾ ਨਾਲ ਕੀਤੇ ਵਾਅਦਿਆਂ ਤੋਂ ਹੁਣ ਸਰਕਾਰਾਂ ਆਪਣੇ ਕਦਮ ਪਿੱਛੇ ਹਟਾ ਰਹੀਆਂ ਹਨ। ਪੰਜਾਬ ਸਰਕਾਰ ਨੇ ਵੀ ਪੇ ਕਮਿਸ਼ਨ ਨੂੰ ਲੈ ਕੇ ਪੰਜਾਬ ਦੇ ਸਰਕਾਰੀ ਮੁਲਾਜ਼ਮਾਂ ਨਾਲ ਬਜਟ ਦੌਰਾਨ 1 ਵੱਡਾ ਵਾਅਦਾ ਕੀਤਾ, ਜਿਸ ਤੋਂ ਹੁਣ ਸੂਬਾ ਸਰਕਾਰ ਨੇ ਆਪਣੇ ਹੱਥ ਪਿੱਛੇ ਖਿੱਚ ਲਏ ਨੇ। ਜੀ ਹਾਂ, ਦੱਸ ਦਈਏ ਕਿ ਪੰਜਾਬ ਦੇ ਖਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਨੇ ਇਸ ਸਾਲ ਬਜਟ ਪੇਸ਼ ਕਰਨ ਦੌਰਾਨ ਪੰਜਾਬ ਦੇ ਸਰਕਾਰੀ ਮੁਲਾਜ਼ਮਾਂ ਨੂੰ ਵਾਅਦਾ ਕੀਤਾ ਸੀ। ਸੂਬਾ ਸਰਕਾਰ ਪੇ ਕਮਿਸ਼ਨ ਦੀ ਸਿਫਾਰਿਸ਼ ਨੂੰ ਇਸ ਸਾਲ ਜ਼ਰੂਰ ਲਾਗੂ ਕਰੇਗੀ, ਪਰ ਸੂਬੇ ਦੀ ਮਾਲੀ ਹਾਲਤ ਨੂੰ ਵੇਖਦੇ ਹੋਏ ਸਰਕਾਰ ਨੇ ਹੁਣ ਇਸ ਨੂੰ ਅਗਲੇ ਸਾਲ ਤੇ ਪਾ ਦਿੱਤਾ ਹੈ। ਪੁਲਿਸ ਦੇ ਮੁਲਾਜ਼ਮਾਂ ਨੂੰ ਵੀ ਇਸ ਸਾਲ ਪੇ ਕਮਿਸ਼ਨ ਤੋਂ ਵਾਂਝਾ ਰਹਿਣਾ ਪਵੇਗਾ। ਸੂਬਾ ਸਰਕਾਰ ਨੇ ਪੇ ਕਮਿਸ਼ਨ ਦਾ ਕਾਰਜਕਾਲ ਹੁਣ 31 ਦਸੰਬਰ ਤੱਕ ਵਧਾ ਦਿੱਤੀ ਗਈ ਹੈ। ਪੰਜਾਬ ਦੇ ਹੋਟਲ ਰੈਸਟੋਰੈਂਟ ਵਿੱਚ ਬੈਠ ਕੇ ਖਾਣਾ ਖਾਣ ਦੀ ਮਨਜ਼ੂਰੀ, ਮੈਰਿਜ ਪੈਲਿਸ ਵੀ ਸ਼ਰਤਾਂ ਖੁੱਲਣਗੇ। ਜੀ ਹਾਂ, ਦੱਸ ਦਈਏ ਕਿ ਕੇਂਦਰ ਸਰਕਾਰ ਨੇ ਅਨਲੋਕ 1 ਵਿੱਚ ਰੈਸਟੋਰੈਂਟ, ਹੋਟਲ ਅਤੇ ਮੈਰਿਜ ਪੈਲਿਸ ਸ਼ਰਤਾਂ ਨਾਲ ਸੂਬਿਆਂ ਨੂੰ ਖੋਲ੍ਹਣ ਦੀ ਇਜਾਜ਼ਤ ਦਿੱਤੀ ਸੀ, ਪਰ ਪੰਜਾਬ ਸਰਕਾਰ ਨੇ ਅਨਲੋਕ 1 ਦੀ ਗਾਈਡਲਾਈਨ ਵਿੱਚ ਰੈਸਟੋਰੈਂਟ ਅਤੇ ਹੋਟਲ ਬੰਦ ਰੱਖਣ ਦਾ ਫੈਸਲਾ ਲਿਆ ਸੀ। ਸਿਰਫ ਖਾਣਾ ਘਰ ਲਈ ਜਾਣ ਦੀ ਇਜਾਜ਼ਤ ਸੀ। ਇਸ ਦੇ ਨਾਲ ਮੈਰਿਜ ਪੈਲਿਸ ਖੋਲ੍ਹਣ ਤੇ ਵੀ ਰੋਕ ਲਗਾਈ ਗਈ ਸੀ, ਪਰ ਹੁਣ ਪੰਜਾਬ ਸਰਕਾਰ ਨੇ ਆਪਣੇ ਇਸ ਫੈਸਲੇ
ਫੈਸਲੇ ਨੂੰ ਬਦਲਿਆ ਹੈ। ਸੂਬਾ ਸਰਕਾਰ ਦੇ ਨਵੀਂ ਗਾਈਡਲਾਈਨਾਂ ਨਾਲ ਹੁਣ ਹੋਟਲਾਂ ਅਤੇ ਰੈਸਟੋਰੈਂਟ ਵਿੱਚ ਬੈਠ ਕੇ ਖਾਣਾ ਖਾਣ ਦੀ ਇਜਾਜ਼ਤ ਦੇ ਦਿੱਤੀ ਹੈ। ਇਸ ਦੇ ਨਾਲ ਮੈਰਿਜ ਪੈਲਿਸ ਅਤੇ ਹੋਟਲਾਂ ਵਿੱਚ ਕੇਂਦਰ ਸਰਕਾਰ SOP ਮੁਤਾਬਿਕ ਵਿਆਹ ਦੀ ਇਜਾਜ਼ਤ ਦੇ ਦਿੱਤੀ ਹੈ। ਰੈਸਟੋਰੈਂਟ ਸ਼ਾਮ 8 ਵਜੇ ਤੋਂ 50% ਮਹਿਮਾਨਾਂ ਨਾਲ ਖੁੱਲ੍ਹੇ ਰਹਿ ਸਕਦੇ ਹਨ। ਰਵਨੀਤ ਬਿੱਟੂ ਦੇ ਇਲਜ਼ਾਮਾਂ ਦਾ ਦਲਜੀਤ ਦੁਸਾਂਝ ਨੇ ਦਿੱਤਾ ਠੋਕਵਾਂ ਜਵਾਬ। ਜੀ ਹਾਂ, ਦੱਸ ਦਈਏ ਕਿ ਪੰਜਾਬੀ ਸਿੰਗਰ ਤੇ ਐਕਟਰ ਦਲਜੀਤ ਦੁਸਾਂਝ ਨੇ ਮੰਗਲਵਾਰ ਨੂੰ ਕਾਂਗਰਸ ਦੇ ਸੰਸਦ ਮੈਂਬਰ ਰਵਨੀਤ ਬਿੱਟੂ ਨੂੰ ਠੋਕਵਾਂ ਜਵਾਬ ਦਿੱਤਾ ਹੈ। ਦੱਸ ਦਈਏ ਕਿ ਬਿੱਟੂ ਨੇ ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਗਾਇਕ ਦਲਜੀਤ ਦੁਸਾਂਝ ਤੇ ਜੈਜੀ ਬੈਂਸ ਸਣੇ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਖਿਲਾਫ਼ ਕੇਸ ਦਰਜ ਲਈ ਕਿਹਾ ਸੀ। ਇਸ ਤੇ ਹੁਣ ਦੁਸਾਂਝ ਨੇ ਸਫਾਈ ਪੇਸ਼ ਕਰਦਿਆਂ ਸੋਸ਼ਲ ਮੀਡੀਆ ਤੇ ਵੀਡੀਓ ਪੋਸਟ ਕੀਤੀ ਹੈ, ਜਿਸ ਵਿੱਚ ਉਹਨਾਂ ਕਿਹਾ ਕਿ ਉਹ ਭਾਰਤੀ ਕਰਦਾਤਾ ਹਨ ਜੋ ਲੋੜ ਸਮੇਂ ਸਦਾ ਹੀ ਦੇਸ਼ ਤੇ ਪੰਜਾਬ ਦੇ ਮੋਢੇ ਨਾਲ ਮੋਢਾ ਜੋੜ ਖੜੇ ਹਨ। ਦਲਜੀਤ ਨੇ ਇਹ ਵੀਡੀਓ ਬਿੱਟੂ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਨੂੰ ਉਸ ਵਿਰੁੱਧ FIR ਦਰਜ ਕਰਨ ਦੀ ਅਪੀਲ ਤੋਂ ਬਾਅਦ ਸਾਹਮਣੇ ਆਈ ਹੈ। ਜੀ ਹਾਂ, ਦੁਸਾਂਝ ਫਿਲਮ ਪੰਜਾਬ 1984 ਦੇ ਆਪਣੇ ਗਾਣੇ ਰੰਗਰੂਟ ਦੇ ਇੱਕ ਹਿੱਸੇ ਦੇ ਬਚਾਅ ਵਿੱਚ ਸਾਹਮਣੇ ਆਈ ਸੀ, ਜਿਸ ਦੀ ਕਲਿੱਪ ਉਸਨੇ ਹਾਲ ਹੀ ਵਿੱਚ ਸੋਸ਼ਲ ਮੀਡੀਆ ਤੇ ਪਾਇਆ ਸੀ। ਦੁਸਾਂਝ ਨੇ ਕਿਹਾ ਕਿ ਫਿਲਮ ਤੇ ਇਸ ਦੇ ਗਾਣੇ ਜੋ ਸਾਲ 2014 ਵਿੱਚ ਰਿਲੀਜ਼ ਹੋਈ ਸੀ ਨੂੰ ਭਾਰਤੀ ਸੈਂਸਰ ਬੋਰਡ ਵੱਲੋਂ ਮਨਜ਼ੂਰੀ ਮਿਲਣ ਤੋਂ ਬਾਅਦ ਹੀ ਪੂਰੇ ਪੰਜਾਬ ਵਿੱਚ ਰਿਲੀਜ਼ ਕੀਤਾ ਗਿਆ ਸੀ। ਕੋਰੋਨਾ ਦਾ ਇੰਜ ਟਾਕਰਾ ਕਰਦੀ ਹੈ ਰਾਮਦੇਵ ਦੀ 545 ਰੁਪਏ ਵਾਲੀ ਦਵਾਈ। ਜੀ ਹਾਂ, ਦੱਸ ਦਈਏ ਕਿ ਯੋਗ ਗੁਰੂ ਬਾਬਾ ਰਾਮਦੇਵ ਦੀ ਸੰਸਥਾ ਪਤੰਜਲੀ ਆਯੁਰਵੇਦ ਨੇ ਕੋਰੋਨਾ ਵਾਇਰਸ ਦੀ ਆਯੁਰਵੇਦਿਕ ਦਵਾਈ ਕੋਰੋਨਿਲ ਦੀ ਸ਼ੁਰੂਆਤ ਕੀਤੀ ਹੈ। ਪਤੰਜਲੀ ਨੇ ਕਲੀਨਿਕਲ ਅਜਮਾਇਸ਼ ਤੋਂ ਬਾਅਦ ਇਹ ਦਵਾਈ ਤਿਆਰ ਕੀਤੀ ਹੈ। ਕੋਰੋਨਿਲ ਕਿੱਟ 545 ਰੁਪਏ ਵਿੱਚ ਉਪਲਬਧ ਹੋਵੇਗੀ। ਇਸ ਮੌਕੇ ਤੇ ਬਾਬਾ ਰਾਮਦੇਵ ਨੇ ਕਿਹਾ, ਪੂਰਾ ਦੇਸ਼ ਅਤੇ ਵਿਸ਼ਵ ਅੱਜ ਦੇ ਪਲ ਦਾ ਇੰਤਜ਼ਾਰ ਕਰ ਰਿਹਾ ਸੀ। ਕੋਰੋਨਾ ਦੀ ਪਹਿਲੀ ਆਯੁਰਵੇਦਿਕ ਦਵਾਈ ਤਿਆਰ ਹੈ। ਇਸ ਦਵਾਈ ਨਾਲ ਅਸੀਂ ਕੋਰੋਨਾ ਦੀਆਂ ਸਾਰੀਆਂ ਕਿਸਮਾਂ ਦੀਆਂ ਜਟਿਲਤਾਵਾਂ ਨੂੰ ਕਾਬੂ ਕਰਨ ਦੇ ਯੋਗ ਹੋ ਗਏ। 3 ਦਿਨਾਂ ਦੇ ਅੰਦਰ 69% ਮਰੀਜ਼ ਇਸ ਦਵਾਈ ਨਾਲ ਠੀਕ ਹੋਏ ਹਨ। ਬਾਬਾ ਰਾਮਦੇਵ ਨੇ ਕਿਹਾ, ਇਸ ਦਵਾਈ ਰਾਹੀਂ 7 ਦਿਨਾਂ ਵਿੱਚ 100% ਮਰੀਜ਼ ਠੀਕ ਹੋ ਗਏ ਹਨ। ਇਸ ਦਵਾਈ ਦਾ ਟ੍ਰਾਇਲ 280 ਵਿਅਕਤੀਆਂ ਤੇ ਕੀਤਾ ਗਿਆ। ਆਚਾਰੀਆ ਬਾਲਕ੍ਰਿਸ਼ਨ ਨੇ ਕਿਹਾ ਕਿ ਕੋਰੋਨਿਲ ਕਿੱਟ 545 ਰੁਪਏ ਵਿੱਚ ਉਪਲਬਧ ਹੋਵੇਗੀ। ਇਹ ਕਿੱਟ 30 ਦਿਨਾਂ ਲਈ ਹੈ। ਵਿਧਾਇਕਾ ਬਲਜਿੰਦਰ ਕੌਰ ਦੇ ਪਿਤਾ ਨੂੰ ਪੁਲਿਸ ਨੇ ਭੇਜਿਆ ਨੋਟਿਸ। ਜੀ ਹਾਂ, ਦੱਸ ਦਈਏ ਕਿ ਆਮ ਆਦਮੀ ਪਾਰਟੀ ਦੀ ਵਿਧਾਇਕਾ ਬਲਜਿੰਦਰ ਕੌਰ ਇੱਕ ਵਾਰ ਫਿਰ ਚਰਚਾ ਵਿੱਚ ਹੈ। ਪਿੰਡ ਜੰਬਰ ਬਸਤੀ ਦੇ ਇੱਕ ਮਾਮਲੇ ਵਿੱਚ ਸਮਝੌਤਾ ਕਰਵਾਉਣ ਲਈ ਪਿੰਡ ਦੀ ਮਹਿਲਾ ਸਰਪੰਚ ਦੇ ਪਤੀ ਨੂੰ 5 ਲੱਖ ਰੁਪਏ ਲੈਣ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ। ਗ੍ਰਿਫਤਾਰ ਕੀਤੇ ਗਏ ਵਿਅਕਤੀ ਦੇ ਖੁਲਾਸੇ ਤੋਂ ਬਾਅਦ ਹੁਣ ਵਿਧਾਇਕਾ ਦੇ ਪਿਤਾ ਨੂੰ ਵੀ ਤਲਵੰਡੀ ਸਾਬੋ ਪੁਲਿਸ ਨੇ ਨੋਟਿਸ ਭੇਜ ਕੇ ਪੁਲਿਸ ਤਫਤੀਸ਼ ਵਿੱਚ ਸ਼ਾਮਲ ਹੋਣ ਲਈ ਕਿਹਾ ਹੈ ਅਤੇ ਪੁਲਿਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ। ਸਬ ਡਿਵੀਜ਼ਨ ਤਲਵੰਡੀ ਸਾਬੋ ਦੇ ਪਿੰਡ ਜਗ੍ਹਾ ਰਾਮ ਤੀਰਥ ਵਿੱਚ ਇੱਕ ਮੁੰਡਾ ਕੁੜੀ ਦੇ ਮਾਮਲੇ ਵਿੱਚ 4,90,000 ਰੁਪਏ ਮੁੰਡੇ ਵਾਲਿਆਂ ਤੋਂ ਲੈਣ ਦੇ ਦੋਸ਼ ਵਿੱਚ ਪਿੰਡ ਜਗ੍ਹਾ ਰਾਮ ਤੀਰਥ ਦੀ ਮਹਿਲਾ ਸਰਪੰਚ ਦੇ ਪਤੀ ਜਗਤਾਰ ਸਿੰਘ ਤੇ ਲੱਗੇ ਸਨ, ਜਿਸ ਤੇ ਤਲਵੰਡੀ ਸਾਬੋ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਸਾਈਕਲ ਟਰੈਕ ਤੇ ਮਿਲੇ ਕੁੜੀ ਦੇ ਵੱਡੇ ਹੋਏ ਪੈਰ, ਫੈਲੀ ਸਨਸਨੀ। ਜੀ ਹਾਂ, ਸ਼ਹਿਰ ਦੇ ਸੈਕਟਰ 17 ਸਟੇਟ ਬੈਂਕ ਆਫ ਇੰਡੀਆ ਦੇ ਦਫ਼ਤਰ ਪਿੱਛੇ ਸਾਈਕਲ ਟਰੈਕ ਤੇ ਇੱਕ ਕੁੜੀ ਦੇ ਵੱਡੇ ਹੋਏ ਪੈਰ ਬਰਾਮਦ ਕੀਤੇ ਗਏ ਹਨ, ਜਿਸ ਤੋਂ ਬਾਅਦ ਇਲਾਕੇ ਵਿੱਚ ਸਨਸਨੀ ਫੈਲ ਗਈ ਹੈ। ਕੁੜੀ ਦੇ ਵੱਡੇ ਹੋਏ ਪੈਰਾਂ ਦੇ ਟੁਕੜੇ ਸੈਕਟਰ 17 ਵੱਲੋਂ ਆਉਣ ਵਾਲੀ ਸੜਕ ਨੇੜੇ ਮੌਜੂਦ ਸਾਈਕਲ ਟਰੈਕ ਨੇੜੇ ਝਾੜੀਆਂ ਵਿੱਚੋਂ ਮਿਲੇ ਹਨ। ਸੂਚਨਾ ਮਿਲਦੇ ਹੀ ਮੌਕੇ ਤੇ ਸੈਕਟਰ 17 ਥਾਣਾ ਪੁਲਿਸ ਸਮੇਤ ਸੀਨੀਅਰ ਅਧਿਕਾਰੀਆਂ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਘਟਨਾ ਵਾਲੀ ਥਾਂ ਤੇ ਬੁਲਾਈ ਗਈ CFSL ਨੇ ਕੁੜੀ ਦੇ ਵੱਡੇ ਹੋਏ ਪੈਰਾਂ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਸੂਤਰਾਂ ਮੁਤਾਬਿਕ ਇਹ ਮਾਮਲਾ ਕਤਲ ਦਾ ਲੱਗ ਰਿਹਾ ਹੈ, ਜਿਸ ਦੀ ਜਾਂਚ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ। ਕਾਂਗਰਸ ਨੂੰ ਲੱਗਾ ਬਠਿੰਡਾ ਥਰਮਲ ਪਲਾਂਟ ਦਾ ਸੇਕ, ਮਨਪ੍ਰੀਤ ਬਾਦਲ ਨੇ ਪਾਇਆ ਠੰਡਾ ਪਾਣੀ। ਜੀ ਹਾਂ, ਦੱਸ ਦਈਏ ਕਿ ਗੁਰੂ ਨਾਨਕ ਦੇਵ ਥਰਮਲ ਪਲਾਂਟ ਬਠਿੰਡਾ ਨੂੰ ਬੰਦ ਕਰਨ ਦਾ ਮਾਮਲਾ ਗਰਮਾ ਗਿਆ ਹੈ। ਆਮ ਆਦਮੀ ਪਾਰਟੀ ਤੇ ਅਕਾਲੀ ਦਲ ਵੱਲੋਂ ਵਿੱਢੇ ਸੰਘਰਸ਼ ਦਾ ਸੇਕ ਕਾਂਗਰਸ ਮਹਿਸੂਸ ਕਰਨ ਲੱਗੀ ਹੈ। ਇਸ ਬਾਰੇ ਪੰਜਾਬ ਸਰਕਾਰ ਦਾ ਪੱਖ ਸਪਸ਼ਟ ਕਰਨ ਲਈ ਅੱਜ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਮੀਡੀਆ ਨੂੰ ਮੁਖਾਤਬ ਹੋਏ। ਉਹਨਾਂ ਆਪਣੀ ਰਿਹਾਇਸ਼ ਤੇ ਪ੍ਰੈਸ ਕਾਨਫਰੰਸ ਕਰਕੇ ਇਸ ਬਾਰੇ ਸ਼ੁਰੂ ਹੋਏ ਵਿਵਾਦ ਤੇ ਆਪਣੀ ਸਫਾਈ ਪੇਸ਼ ਕੀਤੀ। ਮਨਪ੍ਰੀਤ
ਹਰਪ੍ਰੀਤ ਬਾਦਲ ਨੇ ਕਿਹਾ ਕਿ ਸੂਬੇ ਵਿੱਚ ਭਰਮ ਪੈਦਾ ਕੀਤਾ ਜਾ ਰਿਹਾ ਹੈ ਕਿ ਥਰਮਲ ਪਲਾਂਟ ਵੇਚ ਦਿੱਤਾ ਹੈ, ਜਦਕਿ ਅਜਿਹਾ ਨਹੀਂ ਹੈ। ਉਹਨਾਂ ਕਿਹਾ ਕਿ ਗੁਰੂ ਨਾਨਕ ਦੇਵ ਥਰਮਲ ਪਲਾਂਟ ਬਠਿੰਡਾ ਬੰਦ ਕਰਨ ਦੇ 3 ਪਹਿਲੂ ਹਨ। ਪਹਿਲਾ ਕਿ ਪਲਾਂਟ 38 ਤੋਂ 43 ਸਾਲ ਉਮਰ ਪੂਰੀ ਕਰ ਚੁੱਕਿਆ ਹੈ। ਦੂਜਾ ਪ੍ਰਸ਼ਾਸਨਿਕ ਤੇ ਵਾਤਾਵਰਣ ਦਾ ਪਹਿਲੂ ਵੀ ਇੱਕ ਕਾਰਨ ਹੈ। ਬਠਿੰਡਾ ਨੂੰ ਇੰਡਸਟਰੀ ਹੱਬ ਬਣਾਇਆ ਜਾਵੇਗਾ, ਇੰਡਸਟਰੀ ਪਾਰਕ ਵਜੋਂ ਜ਼ਮੀਨ ਡਿਵੈਲਪ ਕੀਤੀ ਜਾਵੇਗੀ। ਦੋਸਤੋ, ਜੇ ਤੁਹਾਨੂੰ ਇਹ ਸਾਡੀ ਜਾਣਕਾਰੀ ਵਧੀਆ ਲੱਗੀ ਤਾਂ ਕਮੈਂਟ ਕਰਕੇ ਦੱਸਿਓ, ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ ਅਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਧੰਨਵਾਦ।